ਜਿਹੜੀ ਸਟੇਟਮੈਂਟ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਹੈ ਉਹ ਬਹੁਤ ਮੰਦ ਭਾਗੀ ਹੈ ਉਸ ਤੋਂ ਜ਼ਿਆਦਾ ਹੈ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਪਿਛਲੇ 30-40 ਸਾਲਾਂ ਦੇ ਪੰਜਾਬ ਦੇ ਦੁਖਦਾਇਕ ਦੌਰ ਤੋਂ ਕੋਈ ਸਿੱਖ ਨਹੀਂ ਲਈ ਅਤੇ ਉਹ ਸੱਤਾ 'ਚ ਰਹਿਣ ਵਾਸਤੇ ਚੋਣਾਂ ਤੋਂ ਪਹਿਲਾਂ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਸਕਦੇ ਆ ਬਾਦਲ ਸਾਹਿਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਦੇ ਪਾਣੀਆਂ ਪ੍ਰਤੀ ਗੰਭੀਰ ਨਹੀਂ ਨੇ ਅਤੇ ਉਹ ਪੰਜਾਬ ਨੂੰ ਰੇਗਿਸਤਾਨ ਬਣਾਉਣਾ ਚਾਹੁੰਦੇ ਆ ਉਹਨੇ ਇਹ ਵੀ ਕਿਹਾ ਕਿ ਰਾਜ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਾਂਗਰਸ ਆਪਣੀ ਗੱਲ ਆਪ ਕਹੇਗੀ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਚ ਕੁਰਬਾਨੀ ਦਾ ਜਜ਼ਬਾ ਜਗਾਉਣਾ ਅਤੇ ਆਪ ਫਿਰ ਪਿੱਛੇ हट ਜਾਣਾ ਇਹ ਬਾਦਲ ਸਾਹ ਦਾ ਪੁਰਾਣਾ ਢੰਗ ਤਰੀਕਾ ਹੈ 1980 ਦੇ ਦਹਾਕੇ ਚ ਵੀ ਧਰਮਯੋਧ ਦੇ ਛੇੜ ਕੇ ਮਰਜੀਵੜੇ ਬਣਾ ਕੇ ਉਹ ਫੌਜੀ ਕਾਰਵਾਈ ਵੇਲੇ ਗਾਇਬ ਹੋ ਗਏ ਸਨ ਫੌਜੀ ਕਾਰਵਾਈ ਤੋਂ ਬਾਅਦ ਉਹਨਾਂ ਫੌਜ ਤਾਇਨਾਤ ਸਿੱਖਾਂ ਨੂੰ ਬਗਾਵਤ ਕਰਨ ਲਈ ਉਕਸਾਇਆ ਸੀ ਅਤੇ ਜਦੋਂ ਉਹਨਾਂ ਬਗਾਵਤ ਕੀਤੀ ਅਤੇ ਉਹਨਾਂ ਖਿਲਾਫ ਕਾਰਵਾਈ ਹੋਈ ਤਾਂ ਉਹਨਾਂ ਦੀ ਬਾਮੀ ਨਾ ਫੜੀ ਫੌਜੀ ਕਾਰਵਾਈ ਤੋਂ ਬਾਅਦ ਉਹਨਾਂ ਦਸਾਂ 15 ਸਾਲਾਂ ਚ 20-25 ਹਜ਼ਾਰ ਲੋਕ ਸ਼ਹਿਜ਼ਾਦਾ ਖਾੜਖੂਆਦ ਵੇਲੇ ਮਾਰੇ ਗਏ ਪੁਲਿਸ ਵੱਲੋਂ ਜ਼ਿਆਤੀਆਂ ਤਸ਼ੱਦਦ ਵੀ ਹੋਈਆਂ ਹੋਇਆ ਅੱਜ ਤੱਕ ਕਿਸੇ ਨੇ ਬਾਤ ਨਹੀਂ ਪੁੱਛੀ ਪਿਛਲੇ 9 ਸਾਲਾਂ ਦੇ ਕਾਰਜਕਾਲ ਚ ਆਪਣੇ ਹੱਕ ਮੰਗਰੇ ਲੋਕਾਂ ਉੱਤੇ ਕਰਮਚਾਰੀਆਂ ਉੱਤੇ ਹੋਰਾਂ ਉੱਤੇ ਬੇਰਹਿਮੀ ਨਾਲ ਡੰਡੇ ਬਸਾਏ ਗਏ ਨੇ। ਕਰੀਬ ਰੋਜ਼ ਦੇ ਇੱਕ ਜਾਂ ਦੋ ਕਿਸਾਨ ਪੰਜਾਬ 'ਚ ਖੁਦਕੁਸ਼ੀਆਂ ਕਰ ਰਹੇ ਨੇ। ਇਹਨਾਂ ਖੁਦਕੁਸ਼ੀਆਂ ਕਰਕੇ ਪੰਜਾਬ ਦੀ ਜ਼ਰਖੇਜ਼ ਧਰਤੀ ਤੇ ਥਾਂ-ਥਾਂ ਹਰ ਦਿਨ ਸਿਵੇ ਵੇਖਣ ਨੂੰ ਮਿਲਦੇ ਨੇ। ਇਹ ਸਭ ਨੂੰ ਰੋਕਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਅਤੇ ਇਸ ਦੇ ਲੀਡਰ ਜੋ ਆਪਣੇ ਆਪ ਨੂੰ ਕਿਸਾਨ ਹਤੈਸ਼ੀ ਕਹਾਉਂਦੇ ਨੇ ਉਹ ਹਲੇ ਵੀ ਬਿਆਨਬਾਜ਼ੀ ਕਰ ਰਹੇ ਨੇ। ਲੋਕਾਂ ਨੂੰ ਉਕਸਾਉਣ ਦੀ ਬਜਾਏ ਇਹਨਾਂ ਲੀਡਰਾਂ ਨੂੰ ਚਾਹੀਦਾ ਕਿ ਉਹ ਇਹ ਸਮਝਣ ਦੀ ਕੋਸ਼ਿਸ਼ ਕਰਨ ਕਿ ਲੋਕ ਉਹਨਾਂ ਤੋਂ ਦੂਰ ਕਿਉਂ ਜਾ ਰਹੇ ਹੁਣ ਸ਼ਾਇਦ ਵੇਲਾ ਆ ਗਿਆ ਹੈ ਕਿ ਲੋਕਾਂ ਤੋਂ ਹੋਰ ਕੁਰਬਾਨੀਆਂ ਮੰਗਣ ਦੀ ਥਾਂ ਸਿਆਸੀ ਲੀਡਰ ਉਹ ਠੋਸ ਕਦਮ ਚੁੱਕਣ ਸੋਚਣ ਜਿਸ ਨਾਲ ਇਹ ਢੈਂਦੀ ਡਿੱਗਦੀ ਰਾਜ ਦੀ ਸਥਿਤੀ ਫਿਰ ਸਥਿਰ ਹੋ ਸਕੇ